ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਆਵਾਜ਼ੇ ਕੌਮ ਟੀਵੀ ਦੇ ਮਾਧਿਅਮ ਰਾਹੀਂ ਖਬਰਾਂ ਸੁਣੋ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਕਾਂਡ ਦੇ 85 ਮਹੀਨਿਆਂ ਬਾਅਦ ਚਾਰਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇ ਵਾਰੰਟ ਜਾਰੀ ਕਰ ਦਿੱਤੇ ਨੇ, ਜਿਸ ਮੁਤਾਬਕ 22 ਜਨਵਰੀ ਨੂੰ ਸਵੇਰੇ 7 ਵਜੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ। ਦਸੰਬਰ 2012 'ਚ ਦਿੱਲੀ 'ਚ ਇੱਕ ਵਿਦਿਆਰਥੀ ਨਾਲ ਹੋਏ ਸਮੂਹ ਜਬਰ ਜਨਾਹ ਮਾਮਲੇ 'ਚ ਅਕਸ਼ੇ ਠਾਕੁਰ, ਮੁਕੇਸ਼ ਪਵਨ ਗੁਪਤਾ ਅਤੇ ਵਿਨੇ ਸ਼ਰਮਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅਦਾਲਤ ਦੇ ਫੈਸਲੇ 'ਤੇ ਭਾਵੁਕ ਹੋਏ ਨਿਰਭਯਾ ਦੀ ਮਾਂ ਨੇ ਕਿਹਾ ਕਿ ਉਹਨਾਂ ਨੂੰ ਬੇਟੀ ਨੂੰ ਇਨਸਾਫ ਮਿਲ ਗਿਆ ਹੈ। ਉਹਨਾਂ ਕਿਹਾ ਹੈ ਕਿ ਅਦਾਲਤ ਦੇ ਫੈਸਲੇ ਨਾਲ ਲੋਕਾਂ ਦਾ ਨਿਆਂਪਾਲਿਕਾ 'ਤੇ ਭਰੋਸਾ ਮਜ਼ਬੂਤ ਹੋਵੇਗਾ। ਪਟਿਆਲਾ ਕੋਰਟ 'ਚ ਦੁਪਹਿਰ ਤਕਰੀਬਨ 3:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕੀਤੀ ਗਈ, ਜਿਸ 'ਚ ਅਦਾਲਤ ਦਾ ਫੈਸਲਾ ਦੇਣ ਤੋਂ ਪਹਿਲਾਂ ਦੋਸ਼ੀ ਅਕਸ਼ੇ ਨੇ ਮੀਡੀਆ 'ਤੇ ਖਬਰਾਂ ਲੀਕ ਕਰਨ ਦਾ ਇਲਜ਼ਾਮ ਲਾਉਂਦਿਆਂ ਜੱਜ ਨਾਲ ਇਕੱਲੇ 'ਚ ਗੱਲ ਕਰਨ ਦੀ ਇਜਾਜ਼ਤ ਮੰਗੀ, ਜਿਸ ਤੋਂ ਬਾਅਦ ਮੀਡੀਆ ਨੂੰ ਸੁਣਵਾਈ ਵਾਲੇ ਕਮਰੇ ਤੋਂ ਬਾਹਰ ਕਰ ਦਿੱਤਾ ਗਿਆ। ਅਕਸ਼ੇ ਨੇ ਜੱਜ ਅੱਗੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਸਨੇ ਕਦੇ ਵੀ ਕਾਨੂੰਨੀ ਅਮਲ 'ਚ ਦੇਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਸਿਰਫ ਕਾਨੂੰਨੀ ਢੰਗ ਨਾਲ ਹੀ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ। JNU ਹਿੰਸਾ ਦੌਰਾਨ ਸਿਰ 'ਤੇ ਸੱਟ ਲੱਗਣ ਕਾਰਨ ਜ਼ਖਮੀ ਹੋ ਚੁੱਕੀ ਸਟੂਡੈਂਟਸ ਯੂਨੀਅਨ ਦੇ ਮੁਖੀ ਆਇਸ਼ੀ ਕੋਸ ਸਮੇਤ 19 ਹੋਰਨਾਂ ਖਿਲਾਫ਼ FIR ਦਰਜ ਕੀਤੀ ਗਈ। ਜਿਹੜੀਆਂ ਘਟਨਾਵਾਂ ਤਹਿਤ ਇਹ FIR ਦਰਜ ਕੀਤੀ ਗਈ ਉਹ ਦੋਵੇਂ ਹਿੰਸਾ ਮਾਮਲੇ 2 ਦਿਨ ਪਹਿਲਾਂ ਦੀਆਂ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਇਹ ਦੋਵੇਂ FIR ਹਿੰਸਾ ਮਾਮਲੇ ਤੋਂ ਬਾਅਦ 5 ਮਿੰਟ ਦੇ ਅੰਦਰ ਦਰਜ ਕੀਤੀਆਂ ਗਈਆਂ। ਉੱਧਰ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਮੰਗਲਵਾਰ ਸ਼ਾਮ ਦੁਪਹਿਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ ਪੁੱਜੀ। ਇਸ ਮੌਕੇ ਉਹ JNU ਦੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਗੋਸ਼ ਨੂੰ ਵੀ ਮਿਲੀ, ਜਦੋਂ ਕਿ CPIM ਦੇ ਜਨਰਲ ਸਕੱਤਰ ਸੀਤਾਰਾਮ ਜੇਚਰੂ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਰਾਜ ਸਭਾ ਮੈਂਬਰ DRAJA ਵੀ ਇਸ ਮੌਕੇ ਮੌਜੂਦ ਸਨ। ਦੀਪਿਕਾ ਸ਼ਾਮ ਕਰੀਬ 7:45 ਵਜੇ ਅਚਾਨਕ JNU ਪਹੁੰਚੀ। ਇਸ ਦੌਰਾਨ ਕਰੀਬ ਉਹ 10-15 ਮਿੰਟ ਤੱਕ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਵਿਚਕਾਰ ਮੌਜੂਦ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ਼ ਵਿਰੋਧ ਪ੍ਰਗਟਾਉਣ ਲਈ ਵੱਖ ਵੱਖ ਟਰੇਡ ਅਤੇ ਬੈਂਕ ਯੂਨੀਅਨ ਵੱਲੋਂ ਬੁੱਧਵਾਰ ਨੂੰ ਦਿੱਤੇ ਹੜਤਾਲ ਦੇ ਸੱਦੇ 'ਤੇ ਕੇਂਦਰ ਨੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਕਿਹਾ ਕਿ ਹੜਤਾਲ 'ਚ ਹਿੱਸਾ ਲੈਣ ਵਾਲੇ ਮੁਲਾਜ਼ਮ ਨਤੀਜੇ ਭੁਗਤਣ ਨੂੰ ਤਿਆਰ ਰਹਿਣ। ਤਕਰੀਬਨ 6 ਬੈਂਕ ਯੂਨੀਅਨਾਂ, 10 ਟਰੇਡ ਯੂਨੀਅਨਾਂ ਅਤੇ 60 ਵਿਦਿਆਰਥੀ ਯੂਨੀਅਨ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਰਵਾਇਤੀ ਪੰਜਾਬੀ ਢਾਡੀ ਪਰੰਪਰਾ ਦਾ ਵਾਰਸ ਈਦੂ ਸ਼ਰੀਫ ਅੱਜ ਜੀਰਕਪੁਰ ਨੇੜਲੇ ਸ਼ਹਿਰ ਮਨੀ ਮਾਜਰਾ ਸਥਿਤ ਆਪਣੇ ਗ੍ਰਹਿ ਵਿਖੇ ਲੁਕਾਈ ਨੂੰ ਅਲਵਿਦਾ ਆ ਗਿਆ। ਦੁਪਹਿਰ ਬਾਅਦ 2:30 ਵਜੇ ਦੇ ਕਰੀਬ ਉਹਨਾਂ ਨੇ ਆਖਰੀ ਸਾਹ ਲਿਆ। ਈਦੂ ਸ਼ਰੀਫ 70 ਸਾਲ ਪਿਛਲੇ ਲੰਮੇ ਸਮੇਂ ਤੋਂ ਅਧਰੰਗ ਦੀ ਬਿਮਾਰੀ ਪੀੜਤ ਸੀ। ਈਦੂ ਦੇ ਬੇਟੇ ਮੁਖੀ ਸੁਖੀ ਖਾਨ ਨੇ ਦੱਸਿਆ ਕਿ ਬਿਮਾਰੀ ਦਾ ਇਲਾਜ ਮੋਹਾਲੀ ਤੋਂ ਚੱਲ ਰਿਹਾ ਸੀ, ਪਰ ਪਿਛਲੇ ਕਈ ਦਿਨਾਂ ਤੋਂ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਹ ਖਾਣ ਪੀਣ ਤੋਂ ਵੀ ਅਸਮਰੱਥ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਕੱਲ੍ਹ ਸਵੇਰੇ ਈਦੂ ਸ਼ਰੀਫ ਨੇ ਉਸਦੇ ਜੱਦੀ ਪਿੰਡ ਲਲੇਡਾ ਨਾਭਾ ਵਿਖੇ ਦਫਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਗਰੀਬ ਗਾਇਕ ਦੀ ਅਮੀਰ ਕਲਾ ਦੀ ਸਰਕਾਰਾਂ ਨੇ ਕਦੇ ਭੁਗਤ ਨਾ ਪਾਈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਵੱਲੋਂ ਦੱਸਿਆ ਗਿਆ ਕਿ ਅਮਰੀਕੀ ਡਰੋਨ ਹਮਲੇ 'ਚ ਮਾਰੇ ਗਏ ਜਨਰਲ ਸੁਲੇਮਾਨੀ ਦੇ ਜਨਾਜ਼ੇ 'ਚ ਮੱਚੀ ਭਗਦੜ ਕਾਰਨ 40 ਲੋਕ ਮਾਰੇ ਗਏ ਅਤੇ 190 ਹੋਰ ਜ਼ਖਮੀ ਹੋ ਗਏ। TV ਦੀ ਰਿਪੋਰਟ ਦੱਸਿਆ ਗਿਆ ਕਿ ਮੰਗਲਵਾਰ ਨੂੰ ਰੈਵੋਲਿਊਸ਼ਨਰੀ ਗਾਰਡ ਜਨਰਲ ਕਾਸਿਮ ਸੁਲੇਮਾਨੀ ਦੇ ਜੱਦੀ ਸ਼ਹਿਰ ਕੈਰਮਨ ਵਿਖੇ ਉਹਨਾਂ ਦੇ ਜਨਾਜ਼ੇ 'ਚ ਸ਼ਾਮਲ ਹੋਣ ਲੋਕਾਂ ਦੀ ਵੱਡੀ ਭੀੜ ਅਚਾਨਕ ਹਫੜਾ ਦਫੜੀ ਮੱਚ ਗਈ। ਇਸ ਘਟਨਾ ਦੀਆਂ ਆਨਲਾਈਨ ਪੋਸਟ ਹੋਈਆਂ ਵੀਡੀਓ 'ਚ ਕਈ ਲੋਕ ਬੇਜਾਨ ਸੜਕਾਂ 'ਤੇ ਪਏ ਵਿਖਾਈ ਦੇ ਰਹੇ ਸਨ, ਜਦਕਿ ਹੋਰ ਲੋਕ ਨਾਅਰੇਬਾਜ਼ੀ ਕਰਦਿਆਂ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਈਰਾਨ ਐਮਰਜੈਂਸੀ ਮੈਡੀਕਲ ਸੇਵਾਵਾਂ ਦੇ ਮੁਖੀ ਮਰਹੂਮ ਜਨਰਲ ਦੇ ਜਨਾਜ਼ੇ ਦੌਰਾਨ ਮੱਚੀ ਭਗਦੜ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ TV ਵੱਲੋਂ ਮਰਨ ਵਾਲਿਆਂ ਦੀ ਗਿਣਤੀ ਦੀ ਆਨਲਾਈਨ ਰਿਪੋਰਟ ਦੇ ਆਧਾਰ 'ਤੇ ਹੀ ਦਿੱਤੀ ਜਾ ਰਹੀ ਹੈ।
ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੋਨ ਕਰਕੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਭਾਰਤ ਅਤੇ ਅਮਰੀਕਾ ਦੇ ਆਪਸੀ ਹਿੱਤਾਂ ਦੇ ਖੇਤਰ 'ਚ ਸਹਿਯੋਗ ਵਧਾਉਣ ਲਈ ਰਾਸ਼ਟਰਪਤੀ ਟਰੰਪ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਇੱਛਾ ਪ੍ਰਗਟਾਈ। ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਪਿਛਲੇ ਕੁਝ ਸਾਲਾਂ 'ਚ ਸੰਬੰਧਾਂ ਦੀਆਂ ਉਪਲਬਧੀਆਂ ਤੋਂ ਸੰਤੋਖ ਦਾ ਪ੍ਰਗਟਾਵਾ ਕਰਦਿਆਂ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਰਾਸ਼ਟਰਪਤੀ ਟਰੰਪ ਨਾਲ ਮਿਲ ਕੇ ਦੋਵਾਂ ਦੇਸ਼ਾਂ ਦੇ ਸਾਂਝੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਕੰਮ ਕਰਨ 'ਤੇ ਵੀ ਜ਼ੋਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਤੋਂ ਅਸਤੀਫਾ ਦੇਣ ਤੋਂ ਬਾਅਦ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਅਤੇ ਚੰਡੀਗੜ੍ਹ ਵਿਖੇ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਬੇਅਦਬੀ ਸਾਡੀ ਸਰਕਾਰ 'ਚ ਹੋਈ ਸੀ ਅਤੇ ਦੋਸ਼ੀ ਨਹੀਂ ਫੜੇ ਜਾ ਸਕੇ। ਅਕਾਲੀ ਦਲ ਦਾ ਸਭ ਤੋਂ ਵੱਡਾ ਨੁਕਸਾਨ ਸੂਬੇ 'ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਕਾਰਨ ਹੀ ਹੋਇਆ। ਉਹਨਾਂ ਇਸ ਮੌਕੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਅਤੇ ਹਾਲ ਹੀ ਵਿੱਚ ਚੁਣੇ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਦੀ ਚੋਣ 'ਤੇ ਵੀ ਸਵਾਲ ਖੜ੍ਹੇ ਕੀਤੇ। ਇਸ ਦੇ ਇਲਾਵਾ ਉਹਨਾਂ ਇੱਥੇ ਤੱਕ ਵੀ ਕਹਿ ਦਿੱਤਾ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਾ ਚਾਹੁੰਦੇ ਸੀ ਪਰ ਮਜਬੂਰੀ 'ਚ ਲੜਨੀ ਪਈ। ਹਾਲਾਂਕਿ ਉਹਨਾਂ ਡੇਰਾ ਸਿਰਸਾ ਮੁਖੀ ਵੀ ਮੁਆਫ਼ੀ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਪਿਛਲੇ ਲੰਮੇ ਸਮੇਂ ਤੋਂ ਚੁੱਪੀ ਧਾਰੀ ਬੈਠੇ ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਬਾਰੇ ਖੁੱਲ੍ਹੀਆਂ ਗੱਲਾਂ ਕਰਦੇ ਹੋਏ ਕਿਹਾ ਕਿ ਪਾਰਟੀ ਪ੍ਰਧਾਨ ਦੀ ਚੋਣ ਹੋਣ ਲਈ ਜੋ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਸੀ ਉਸ ਨੂੰ ਅੱਖੋਂ ਪਰੋਖਾ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਅੱਜ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਉਹਨਾਂ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੀ ਵਿਧਾਇਕ ਦਲ ਦੇ ਨਵੇਂ ਆਗੂ ਵਜੋਂ ਕੀਤੀ ਨਿਯੁਕਤੀ ਦਾ ਸਵਾਗਤ ਕਰਦਿਆਂ ਇਸ ਗੱਲ 'ਤੇ ਅਫਸੋਸ ਪ੍ਰਗਟ ਕੀਤਾ ਕਿ ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਇਕ ਦਲ ਦੇ ਆਗੂ ਵਜੋਂ ਅਸਤੀਫਾ ਦੇਣ ਸਮੇਂ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਅਤੇ ਪਾਰਟੀ ਨਾਲੋਂ ਪਰਿਵਾਰ ਨੂੰ ਪਹਿਲ ਦਿੱਤੀ ਹੈ। ਇੱਥੇ ਵਿਧਾਇਕ ਦਲ ਦੀ ਮੀਟਿੰਗ ਜਿਸ 'ਚ ਸਾਰੇ ਵਿਧਾਇਕਾਂ ਨੇ ਭਾਗ ਲਿਆ ਦੌਰਾਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮੈਂਬਰਾਂ ਨੇ ਕਿਹਾ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਪਾਰਟੀ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਦਿੱਤੇ ਇੰਨੇ ਜ਼ਿਆਦਾ ਮਾਣ ਸਨਮਾਨ ਦੇ ਬਾਵਜੂਦ ਉਹ ਵਿਰੋਧੀ ਪਾਰਟੀ ਦੇ ਆਗੂ ਵਜੋਂ ਆਪਣੇ ਫਰਜ਼ ਨਿਭਾਉਣ ਵਿੱਚ ਨਾਕਾਮ ਰਹੇ। ਪੁੱਡਾ ਵੱਲੋਂ ਨੈਸ਼ਨਲ ਹਾਈਵੇ 'ਤੇ ਨਜਾਇਜ਼ ਰੂਪ 'ਚ ਬਣੇ ਢਾਬਿਆਂ ਦੇ ਖਿਲਾਫ਼ ਸ਼ਿਕੰਜਾ ਕੱਸਦੇ ਹੋਏ ਇਹਨਾਂ ਢਾਬੇ ਵਾਲਿਆਂ ਨੂੰ ਇੱਕ ਮਹੀਨੇ ਦੇ ਅੰਦਰ ਆਪਣੇ ਢਾਬੇ ਰੈਗੂਲਰ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ। ਪੁੱਡਾ ਦੇ ਸਥਾਨਕ ਮੁੱਖ ਪ੍ਰਸ਼ਾਸਕ ਬਖਤਾਵਰ ਸਿੰਘ ਅਤੇ ਸਹਾਇਕ ਮੁੱਖ ਪ੍ਰਸ਼ਾਸਕ ਮੈਡਮ ਲਵਦੀਪ ਕੌਰ ਕਲਸੀ ਦੀਆਂ ਹਦਾਇਤਾਂ 'ਤੇ ਐਕਸੀਅਨ ਪ੍ਰਿਤਪਾਲ ਸਿੰਘ ਵੱਲੋਂ GT ਰੋਡ 'ਤੇ ਨਜਾਇਜ਼ ਢਾਬਿਆਂ 'ਤੇ ਕਾਰਵਾਈ ਕੀਤੀ ਅਤੇ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਆਪਣੇ ਦਸਤਾਵੇਜ਼ ਤੁਰੰਤ ਮੁਕੰਮਲ ਕਰਨ 'ਤੇ ਬਿਨਾਂ ਨਕਸ਼ੇ ਤੋਂ ਬਣਾਏ ਗਏ ਢਾਬਿਆਂ ਵਾਲਿਆਂ ਨੂੰ ਆਪਣੇ ਨਕਸ਼ੇ ਪਾਸ ਕਰਵਾਉਣ ਲਈ ਨੋਟਿਸ ਜਾਰੀ ਕੀਤੇ। ਇਸ ਨੋਟਿਸ ਦੌਰਾਨ ਉਹਨਾਂ ਦੱਸਿਆ ਕਿ ਬਾਕੀ ਨਕਸ਼ਾ ਪਾਸ ਕਰਵਾ ਕੇ ਕੌਮੀ ਮਾਰਗ ਦੇ ਬਣੇ ਹੋਟਲਾਂ ਦੇ ਮਾਲਕ ਆਪਣੇ ਢਾਬੇ ਇੱਕ ਮਹੀਨੇ ਦੇ ਅੰਦਰ ਪ੍ਰਵਾਨ ਕਰਵਾਉਣ। ਉਹਨਾਂ ਕਿਹਾ ਕਿ ਇਸ ਅਰਸੇ ਦੌਰਾਨ ਆਪਣੇ ਢਾਬੇ ਰੈਗੂਲਰ ਨਾ ਕਰਵਾਉਣ ਵਾਲੇ ਲੋਕਾਂ ਦੇ ਢਾਬੇ ਸੀਲ ਕੀਤੇ ਜਾਣਗੇ। ਜ਼ਿਲ੍ਹਾ ਕਚਹਿਰੀਆਂ 'ਚ ਪੇਸ਼ੀ ਮੌਕੇ ਰੈਫਰੈਂਡਮ 20 'ਚ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਦਾ ਸ਼ਿਵ ਸੈਨਾ ਦੇ ਪ੍ਰਧਾਨ ਸੁਧੀਰ ਸੂਰੀ ਨਾਲ ਟਾਕਰਾ ਹੋ ਗਿਆ ਅਤੇ ਨੌਜਵਾਨਾਂ ਨੇ ਸੂਰੀ ਨੂੰ ਦੇਖ ਕੇ ਖਾਸਤਰ ਪੱਖੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਵੇਰਵੇ ਅਨੁਸਾਰ ਥਾਣਾ ਸੁਲਤਾਨਵਿੰਡ ਦੀ ਪੁਲਿਸ ਵੱਲੋਂ ਬੀਤੇ ਸਾਲ ਰੈਫਰੈਂਡਮ ਦੇ ਸੰਬੰਧ 'ਚ ਬਿਕਰਮਜੀਤ ਸਿੰਘ ਸਣੇ 11 ਸਿੱਖ ਨੌਜਵਾਨਾਂ ਦੀ ਇੱਥੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ 'ਚ ਪੇਸ਼ੀ ਸੀ। ਉਹਨਾਂ ਨੂੰ ਜੇਲ੍ਹ ਤੋਂ ਪੇਸ਼ੀ ਲਈ ਲਿਆਉਣ ਵਾਲੀ ਪੁਲਿਸ ਪਾਰਟੀ ਜਦੋਂ ਉਹਨਾਂ ਅਦਾਲਤੀ ਸਮੂਹ 'ਚ ਸਥਿਤ ਬਖਸ਼ੀਖਾਨੇ ਵੱਲ ਜਾ ਰਹੇ ਸੀ ਤਾਂ ਉੱਥੇ ਦੂਜੀ ਮੰਜ਼ਿਲ 'ਤੇ ਸ਼ਿਵ ਸੈਨਾ ਪ੍ਰਧਾਨ ਸੁਧੀਰ ਕੁਮਾਰ ਸੂਰੀ ਵੀ ਖੜ੍ਹਾ ਸੀ, ਜਿਸ ਦੀ ਥਾਣਾ ਡੀ ਡਿਵੀਜ਼ਨ ਦੇ ਪੁਰਾਣੇ ਮਾਮਲੇ 'ਚ ਮਹਿਕ ਸਬਰਵਾਲ ਦੀ ਅਦਾਲਤ 'ਚ ਪੇਸ਼ੀ ਸੀ। ਇਸ ਦੌਰਾਨ ਜਦੋਂ ਸਿੱਖ ਨੌਜਵਾਨਾਂ ਨੇ ਉਸ ਨੂੰ ਦੇਖਿਆ ਤਾਂ ਖਾਲਸਾ ਜਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਪਰ ਪੁਲਿਸ ਪਾਰਟੀ ਨਾਲ ਹੋਣ ਕਾਰਨ ਟਕਰਾਅ ਹੁਣੋਂ ਬਚ ਗਿਆ। ਇਸ ਮੌਕੇ ਥਾਣਾ ਸਿਵਲ ਲਾਈਨ ਦੇ ਮੁਖੀ ਸ਼ਿਵਦਰਸ਼ਨ ਵੀ ਮੌਕੇ 'ਤੇ ਪੁੱਜ ਗਏ ਅਤੇ ਸ੍ਰੀ ਸੂਰੀ ਨੂੰ ਅਦਾਲਤ ਤੋਂ ਸੁਰੱਖਿਅਤ ਬਾਹਰ ਲੈ ਆਂਦਾ ਗਿਆ। ਭਾਰਤ ਅਤੇ ਸ਼੍ਰੀਲੰਕਾ ਵਿਚਕਾਰ 3 ਮੈਚਾਂ ਦੀ ਲੜੀ ਦਾ ਦੂਜਾ T20 ਮੈਚ ਹੋਲਕਰ ਸਟੇਡੀਅਮ 'ਚ ਖੇਡਿਆ ਗਿਆ। ਭਾਰਤੀ ਟੀਮ ਨੇ ਟਾਸ ਜਿੱਤਦਿਆਂ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼੍ਰੀਲੰਕਾ ਦੀ ਟੀਮ ਨੇ 20 ਓਵਰਾਂ 'ਚ 9 ਵਿਕਟਾਂ
ਗਵਾ ਕੇ 142 ਦੌੜਾਂ ਬਣਾਉਂਦਿਆਂ ਭਾਰਤੀ ਟੀਮ ਨੂੰ 143 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਟੀਮ ਨੇ ਆਪਣੇ ਬੱਲੇਬਾਜ਼ਾਂ ਦੇ ਚੰਗਾ ਪ੍ਰਦਰਸ਼ਨ ਕਾਰਨ ਸਿਰਫ 3 ਵਿਕਟਾਂ ਗਵਾ ਕੇ 144 ਦੌੜਾਂ ਬਣਾਈਆਂ ਅਤੇ 7 ਵਿਕਟਾਂ ਦੇ ਬਚਾਅ ਨਾਲ 17.3 ਓਵਰਾਂ 'ਚ 220 ਦੀ ਪਹਿਲੀ ਸ਼ਾਨਦਾਰ ਜਿੱਤ ਪ੍ਰਾਪਤ ਦਰਜ ਕੀਤੀ ਅਤੇ 1-0 ਨਾਲ ਲੜੀ 'ਚ ਬੜਤ ਹਾਸਲ ਕੀਤੀ। ਮੈਚ ਦੇ ਪਹਿਲੇ ਪੜਾਅ 'ਚ ਸ਼੍ਰੀਲੰਕਾ ਟੀਮ ਦਾ ਸਿੱਕਾ ਨਹੀਂ ਜੰਮ ਸਕਿਆ ਅਤੇ ਸ਼੍ਰੀਲੰਕਾ ਲਈ ਕੇਵਲ ਕੁਸ਼ਲ ਪਰੇਰਾ ਅਤੇ ਭਾਰਤ ਖਿਲਾਫ਼ 34 ਗੇਂਦਾਂ 'ਚ 28 ਦੌੜਾਂ, ਅਵਿਸ਼ਕਾ ਫਰਨਾਲਡੋ 22 ਗੇਂਦਾਂ 'ਚ 16 ਦੌੜਾਂ ਬਣਾਈਆਂ, ਜੋ ਕਿ ਕੁੱਲ ਦੌੜਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ। ਨੈਸ਼ਨਲ ਸਕੂਲ ਖੇਡਾਂ ਅੰਡਰ 14 ਤੋਂ 17 ਸਾਲ ਵਰਗ ਦੇ ਕ੍ਰਾਸ ਮੁਕਾਬਲੇ 2-8 ਜਨਵਰੀ ਤੱਕ ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ ਨੇ। ਇਹਨਾਂ ਖੇਡਾਂ 'ਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਜਾਣਕਾਰੀ ਦਿੰਦੇ ਹੋਏ ਕੌਮਾਂਤਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅੰਡਰ 14 ਸਾਲ ਲੜਕੀਆਂ ਦੇ 22 ਕਿਲੋ ਭਾਰ ਵਰਗ 'ਚ ਮੁਸਕਾਨ ਨੇ ਚਾਂਦੀ, 32 ਕਿਲੋ 'ਚ ਅੰਮ੍ਰਿਤਾ ਨੇ ਕਾਂਸੀ, ਰਾਧਿਕਾ ਨੇ 40 ਕਿਲੋ ਸੋਨ ਤਗਮਾ ਅਤੇ 48 ਕਿਲੋ 'ਚ ਨਿਮ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਬਾਬਾ ਰਾਮਦੇਵ ਸਪੋਰਟਸ ਕਲੱਬ ਘੁਮਾਣ ਵੱਲੋਂ ਇਸ ਵਾਰ ਵੀ 42ਵਾਂ ਬਾਬਾ ਰਾਮਦੇਵ ਯਾਦਗਾਰੀ ਅੰਤਰਰਾਸ਼ਟਰੀ ਖੇਡ ਮੇਲਾ 15-17 ਜਨਵਰੀ ਤੱਕ ਸਰਕਾਰੀ ਸਕੂਲ ਘੁਮਾਣ 'ਚ ਕਰਵਾਇਆ ਜਾ ਰਿਹਾ। ਇਸ ਖੇਡ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਬਾਬਾ ਰਾਮਦੇਵ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਅਠਵਾਲ, ਖੇਡ ਪ੍ਰਮੋਟਰ ਸੁਰਿੰਦਰ ਸਿੰਘ ਸੰਧਵਾ ਨੇ ਦੱਸਿਆ ਕਿ ਖੇਡ ਮੇਲੇ ਦੇ ਪਹਿਲੇ ਦਿਨ 15 ਜਨਵਰੀ ਨੂੰ 12ਵੀਂ ਜਮਾਤ ਤੱਕ ਦੇ ਲੜਕੇ ਲੜਕੀਆਂ ਦੀਆਂ ਦੌੜਾਂ 100 ਮੀਟਰ ਤੋਂ 1500 ਮੀਟਰ ਤੱਕ ਕਰਵਾਈਆਂ ਜਾਣਗੀਆਂ। ਕੈਨੇਡਾ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਚਲਾ ਰਹੇ ਨੇ ਅਤੇ ਵਿਰੋਧੀ ਧਿਰ ਕਮਜ਼ੋਰ ਹੋਣ ਕਾਰਨ ਅਜੇ ਉਹਨਾਂ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਹੈ। ਅਗਲੇ 6-9 ਮਹੀਨੇ ਕੋਈ ਵੱਡੀ ਚੁਣੌਤੀ ਬਣਨ ਦੀ ਸੰਭਾਵਨਾ ਵੀ ਨਹੀਂ ਹੈ। ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਕੋਲ ਅਜੇ ਨਵਾਂ ਆਗੂ ਨਹੀਂ ਹੈ ਅਤੇ ਨਿਊ ਡੈਮੋਕ੍ਰੇਟ ਪਾਰਟੀ ਦੀ ਆਰਥਿਕਤਾ ਡਾਵਾਂਡੋਲ ਹੋਣ ਕਾਰਨ ਉਹ ਟਰੂਡੋ ਸਰਕਾਰ ਦੀ ਸ਼ਬਦੀ ਆਲੋਚਨਾ ਤੋਂ ਵੱਧ ਬਹੁਤਾ ਕੁਝ ਕਰਨ ਦੇ ਸਮਰੱਥ ਨਹੀਂ। ਕੈਨੇਡਾ ਦੇ ਹਾਊਸ ਆਫ ਕਾਮਨਜ਼ ਲੋਕ ਸਭਾ ਦਾ 2020 ਦਾ ਪਹਿਲਾ ਸੈਸ਼ਨ 27 ਜਨਵਰੀ ਨੂੰ ਸ਼ੁਰੂ ਹੋਵੇਗਾ ਅਤੇ 23 ਜੂਨ ਤੱਕ ਚੱਲਦਾ ਰਹੇਗਾ, ਪਰ ਉਸ ਸੈਸ਼ਨ ਦੌਰਾਨ ਕੰਜ਼ਰਵੇਟਿਵ ਪਾਰਟੀ ਆਗੂ ਦੀ ਘਾਟ ਕਰ ਸਰਕਾਰ ਨੂੰ ਭੰਗ ਕਰਵਾ ਕੇ ਚੋਣਾਂ 'ਚ ਕੁੱਦਣ ਦਾ ਕਦਮ ਨਹੀਂ ਉਠਾ ਸਕੇਗੀ। ਇਹ ਵੀ ਹੈ ਕਿ ਬਲਾਕ ਕਿਊਬ ਦਾ ਲਿਬਰਲ ਪਾਰਟੀ ਨੂੰ ਸਮਰਥਨ ਮਿਲਦਾ ਹੋਣ ਕਾਰਨ ਦੂਸਰੀਆਂ ਪਾਰਟੀਆਂ ਕੰਜ਼ਰਵੇਟਿਵ ਪਾਰਟੀ ਅਤੇ NDP ਦਾ ਵਿਰੋਧ ਬਹੁਤਾ ਅਸਰਦਾਰ ਨਹੀਂ ਹੋਵੇਗਾ। ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੀ ਰਾਜਧਾਨੀ ਹੈਲੀਫੈਕਸ ਦੇ ਸਟੈਨਫੀਲਡ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੈਸਟ ਜੈੱਟ ਕੰਪਨੀ ਦਾ ਜਹਾਜ਼ ਬਰਫੀਲੇ ਤੂਫਾਨ ਆਉਣ ਕਰਕੇ ਹਵਾਈ ਅੱਡੇ 'ਤੇ ਟਰਮੀਨਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਰਨਵੇ 'ਤੇ ਖੜ ਗਿਆ। ਜਹਾਜ਼ ਵਿੱਚ ਅਮਲੇ ਦੇ 7 ਮੈਂਬਰ ਸਮੇਤ 172 ਮੁਸਾਫਰ ਸਵਾਰ ਸਨ। ਆਸਟ੍ਰੇਲੀਆ 'ਚ ਲੱਗੀ ਜੰਗਲਾਂ ਦੀ ਅੱਗ ਲਈ ਜਿੱਥੇ ਰਾਹਤ ਕਾਰਜ ਦੇ ਨਾਲ ਨਾਲ ਲੱਖਾਂ ਡਾਲਰ ਅਤੇ ਹੋਰ ਸਹੂਲਤਾਂ ਦਾਨੀ ਸੱਜਣਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ, ਉੱਥੇ ਠੱਗ ਵੱਲੋਂ ਧੋਖੇ ਨਾਲ ਲੋਕਾਂ ਦਾ ਪੈਸਾ ਹਜ਼ਮ ਕਰ ਰਹੇ ਨੇ। ਆਸਟ੍ਰੇਲੀਅਨ ਕੰਪੀਟੀਸ਼ਨ ਅਤੇ ਕੰਜ਼ਿਊਮਰ ਕਮਿਸ਼ਨ ਵੱਲੋਂ ਇੱਕ ਰਿਪੋਰਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ 47 ਦੇ ਕਰੀਬ ਜੰਗਲਾਂ ਦੀ ਅੱਗ ਨਾਲ ਸੰਬੰਧਿਤ ਸ਼ਿਕਾਇਤਾਂ ਦਰਜ ਹੋਈਆਂ ਨੇ, ਜਿਸ ਵਿੱਚ ਲੋਕਾਂ ਤੋਂ ਜੰਗਲਾਂ ਦੀ ਅੱਗ ਦੇ ਨਾਂ 'ਤੇ ਡਾਲਰਾਂ ਦੀ ਠੱਗੀ ਮਾਰੀ ਹੈ। ਸਭ ਤੋਂ ਵੱਡੀ ਠੱਗੀ ਆਨਲਾਈਨ ਦਿੱਤੇ ਦਾਨ 'ਤੇ ਵੱਜਦੀ ਹੈ। ਠੱਗਾਂ ਵੱਲੋਂ ਬਹੁਤ ਰਾਹਤ ਫੰਡ ਆਨਲਾਈਨ ਪੇਜ 'ਤੇ ਵੈਬਸਾਈਟਾਂ ਬਣਾਈਆਂ ਨੇ, ਲੋਕ ਭਾਵੁਕ ਹੋ ਕੇ ਬਿਨਾਂ ਦੇਖਣ ਤੋਂ ਉਹਨਾਂ ਵਿੱਚ ਪੈਸਾ ਪਾ ਦਿੰਦੇ ਨੇ, ਪਰ ਉਹ ਰਾਹਤ ਫੰਡ ਦੀ ਜਗ੍ਹਾ 'ਤੇ ਕਿਸੇ ਦੇ ਨਿੱਜੀ ਖਾਤੇ ਵਿੱਚ ਚਲੇ ਜਾਂਦੇ ਨੇ। ਸੰਬੰਧਿਤ ਅਧਿਕਾਰੀ ਨੇ ਦੱਸਿਆ ਕਿ ਬਹੁਤੇ ਘੁਟਾਲੇ ਤਾਂ ਸਾਹਮਣੇ ਹੀ ਨਹੀਂ ਆਉਂਦੇ ਕਿਉਂਕਿ ਲੋਕ ਦਾਨ ਕਰਨ ਤੋਂ ਬਾਅਦ ਕਦੇ ਦੁਬਾਰਾ ਉਸ ਖਾਤੇ ਨੂੰ ਦੇਖਦੇ ਨਹੀਂ। ਇੱਥੇ ਹੀ ਬਸ ਨਹੀਂ, ਨਿਊ ਸਾਊਥ ਵੇਲਜ਼ ਵਿੱਚ ਅੱਗ ਦੀ ਲਪੇਟ ਵਿੱਚ ਮਾਰੇ ਗਏ ਵਿਅਕਤੀ ਦੀ ਤਸਵੀਰ ਲਗਾ ਕੇ ਆਨਲਾਈਨ ਜਾਅਲੀ ਖਾਤਾ ਚਲਾ ਕੇ ਹਜ਼ਾਰਾਂ ਡਾਲਰ ਇਕੱਠੇ ਕਰ ਲਏ ਗਏ। ਕੁਝ ਠੱਗ ਘਰ ਘਰ ਬੂਹਾ ਖੜਕਾ ਕੇ ਫਾਇਰ ਫਾਈਟਰ ਵਾਲੇ ਕੱਪੜੇ ਪਾ ਕੇ ਮੰਗਦੇ ਵੀ ਨਜ਼ਰ ਆਏ। ਅਜਿਹੇ ਠੱਗਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਸ ਦੇ ਨਾਲ ਹੀ ਖਬਰਾਂ ਖਤਮ ਹੋਈਆਂ। ਆ ਗਿਆ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।